ਆਪਾਂ ਪਹੁੰਚ ਗਏ ਹਾਂ ਖੇਤ। ਧੁੱਪ ਵੀ ਥੋੜ੍ਹੀ ਥੋੜ੍ਹੀ ਨਿਕਲ ਆਈ ਆ, 6:15 ਹੋਣਗੇ ਅਤੇ ਪਨੀਰੀ ਬੀਜਦੇ ਹੁਣ ਆਪਾਂ। ਪਨੀਰੀ ਬੀਜ ਕੇ ਉਸ ਤੋਂ ਬਾਅਦ ਤੋਤੇ ਹਾਲ ਆ ਜਿਹੜੇ ਇਹ ਮਾਰ ਦਾਂਗੇ ਜਿੰਨੇ ਕੁ ਵਜੇ ਦੁਪਹਿਰ ਤੱਕ। ਅਤੇ ਪਨੀਰੀ ਆਪਾਂ ਜਿਹੜੀ ਬੀਜਣੀ ਆ ਇਹ ਤੇ ਛਿੱਟਾ ਦੇ ਕੇ ਨਾ ਮਿੱਟੀ 'ਤੇ, ਇਹ ਜਿਹੜੀ ਮਿੱਟੀ ਆ ਇਹਦੇ 'ਤੇ ਪਹਿਲਾਂ ਕੰਪਿਊਟਰ ਕਿਰਾਇਆ ਲਾ ਕੇ ਲੈਵਲ ਕਰਾਇਆ ਆਪਾਂ ਸਾਰਾ, ਇਹ ਸਾਰੇ ਵਾਹਣ ਦਾ ਇਹ ਕੰਪਿਊਟਰ ਕਿਰਾਇਆ ਲਾ ਕੇ ਉਦੋਂ ਬਾਅਦ ਇਹ 'ਤੇ ਸੁਹਾਗਾ ਮਾਰਿਆ 3-4 ਵਾਰ, ਵਾਹਣ ਪੱਕਾ ਹੋ ਜਾਂਦਾ ਅਤੇ ਜੜ ਡੂੰਘੀ ਨਹੀਂ ਆਉਂਦੀ ਪਨੀਰੀ ਦੀ, ਪੋਲੇ ਵਾਹਣ 'ਚ ਵਾਲੀ ਜਾਵੜ ਦੀ ਡੂੰਘੀ। ਹੁਣ ਇਹਦੇ 'ਤੇ ਛਿੱਟਾ ਦੇਵਾਂਗੇ ਪਨੀਰੀ ਦੇ ਬੀਜ ਦਾ। ਉਸ ਤੋਂ ਬਾਅਦ ਜਿਹੜੀ ਤੰਗਲੀ ਹੁੰਦੀ ਆ, ਤੰਗਲੀ ਦੇ ਨਾਲ ਆਪਾਂ ਜਿਵੇਂ ਤੰਗਲੀ ਹੁੰਦੀ ਆ ਉਹਦੇ ਵਿੱਚ ਉਹਦੇ ਨਾਲ ਲੀਖਾ ਮਾਰ ਦਿੰਦੇ, ਉਹਦੇ ਨਾਲ ਬੀ ਰਲ ਜਾਂਦਾ ਮਿੱਟੀ 'ਚ, ਉੱਤੋਂ ਲਾ ਦਾਂਗੇ ਪਾਣੀ, ਬੀ ਉਹਦੇ ਨਾਲ ਮਿੱਟੀ 'ਚ ਰਲ ਜਾਂਦਾ, ਉਹਦੇ ਨਾਲ ਫਿਰ ਸਹੀ ਰਹਿੰਦਾ ਕੰਮ, ਵਿੱਚੇ ਰਲ ਕੇ ਉੱਗ ਰਿਹਾ ਆਉਂਦਾ। ਅਤੇ 1, 2 ਅਤੇ 3 ਗਿਆਰੀਆਂ 11 2 ਬੀਜਾਂਗੇ ਅੱਜ, ਅਤੇ 6 ਮਰਲਿਆਂ ਦੀ 1 ਕਿਆਰੀ ਆ, 2 ਕਿਲੋ ਮਰਲੇ ਦਾ ਪਾਉਣਾ, 12 ਕਿਲੋ ਪਊਗਾ 6 ਮਰਲਿਆਂ 'ਚ, ਅਤੇ 12 ਕਿਲੋ ਹੀ ਉੱਧਰਲੇ 6 ਮਰਲਿਆਂ, 24 ਕਿਲੋ ਬੀਜ ਪੈ ਜੂਗਾ। 27 ਪੀ 31 ਆ ਜਿਹੜਾ ਉਹ ਪਿਛਲੀ ਵਾਰੀ ਆਪਾਂ ਬੀਜਿਆ ਸੀ ਅਤੇ ਐਤਕੀ ਨਹੀਂ ਬੀਜਦੇ, ਮੁਸ਼ਕਿਲ ਹੀ ਬੀਜ ਗਏ ਉਹ। 28 ਪੀ 67 ਬੀਜਾਂਗੇ ਆਪਾਂ, ਅਤੇ ਤੁਹਾਨੂੰ ਵਿਖਾਵਾਂਗੇ ਆਪਾਂ ਕਿਵੇਂ ਬੀਜਦੇ ਹਾਂ। ਹੁਣ ਮੈਂ ਖੋਲਦਾ ਗੱਟਾ ਅਤੇ ਬੀ ਕੱਢਦਾ ਉਹਦੇ ਵਿੱਚੋਂ ਬਾਹਰ।